जी तुसी कह रहे हो कि अज तुहाडे नाल डांग तोड़ तुसी सोटी तोड़ फार्मूला जिहड़ा उह सांझा करोंगे जिहदे नाल गोड्यां वाले सहारा लैके तुरदे ने उह डांगां सोटियां तोड़ देणगे, उह की नुस्खा है? इह है नुस्खा अपना डांग तोड़ जी। जदों आपां इह खवाउणा शुरू करता, मान लो आह खवाउणा शुरू करता इहनां नूं, इह ऐ टुटणगियां जी, इह हाँ जी ऐ टुटणगियां। ਮੋਢੇ ਦੁਖਦੇ ਨੇ, ਜਿਨ੍ਹਾਂ ਦੇ ਜੋੜ ਦਰਦ ਕਰਦੇ ਨੇ, ਉਹ ਵਿਚਾਰੇ ਸਾਈਕਲ ਕਿੱਥੋਂ ਚਲਾਉਣ ਜੀ? ਦੇਖੋ ਜੀ, ਸਾਈਕਲ ਤਾਂ ਆਪਾਂ ਸਾਈਕਲ ਭੱਜ ਕੇ ਚੜ੍ਹਨ ਲਾ ਦਾਂਗੇ ਉਹਨਾਂ ਨੂੰ। ਭੱਜ ਕੇ ਚੜ੍ਹਨ ਲਾ ਦਾਂ? ਹਾਂਜੀ ਹਾਂਜੀ, ਸਾਈਕਲ ਤਾਂ ਐਂ ਭਜਾਓ ਜਿਵੇਂ ਨਵਾਂ ਨੌਜਵਾਨ ਮੁੰਡਾ ਹੁੰਦਾ ਜੀ। 15 ਜਾਂ 20 ਰੁਪਏ ਦੇ ਵਿੱਚ ਤੁਹਾਡੇ ਗੋਡੇ ਨੇ ਜਿਹੜੇ ਉਹ ਹੱਲ ਅੱਜ ਵੈਦ ਉੱਪਲ ਕਰਨਗੇ। ਪਰ ਬਹੁਤ ਵਾਰ ਹੁੰਦੇ ਜੀ, ਰਾਤ ਨੂੰ ਬੰਦਾ ਠੀਕ ਪੈਂਦਾ ਅਤੇ ਸਵੇਰੇ ਨੂੰ ਜਦੋਂ ਉੱਠਿਆ ਸਾਰਾ ਕਿਤੇ ਸਾਰਾ ਕੁਛ ਹੀ ਆਕੜਿਆ ਪਿਆ ਹੁੰਦਾ ਜੀ। ਤੁਸੀਂ ਗਰਮ ਰੋਟੀ ਕਣਕ ਦੀ ਖਾ ਲਓਗੇ ਨਾ, ਦੁੱਗਣਾ ਤੇਜ਼ਾਬ ਬਣੂਗਾ ਜੀ, ਦੁੱਗਣਾ BP ਵਧੂਗਾ। ਦੇਖੋ ਸਬਜ਼ੀ ਦਾਣ ਇਹ ਗਰਮ ਖਾ ਲਓ, ਜਿਹੜੀ ਰੋਟੀ ਹੈ ਨਾ ਕਣਕ ਦੀ ਰੋਟੀ ਇਹਨੂੰ ਗਰਮ ਨਾ ਖਾਓ, ਇਹਨੂੰ ਤਾਂ ਨੋਰਮਲ ਰੋਟੀ ਖਾਓ। ਵੀ ਜਿਹੜੇ ਗੋਡੇ ਨੇ ਮੋਢੇ ਨੇ ਪਿੱਠ ਦਰਦ ਹੈਗੀ ਹੈ, ਸਰਵਾਈਕਲ ਹੋ ਜਾਂਦਾ, ਅੱਡੀਆਂ ਦਰਦ ਕਰਨ ਲੱਗ ਜਾਂਦੀਆਂ ਨੇ, ਇਹ ਹੁੰਦਾ ਕਿ ਉਹ ਪਹਿਲਾਂ ਤਾਂ ਬਹੁਤ ਘੱਟ ਸੁਣਦੇ ਸੀ ਜੀ, ਅਸੀਂ ਅੱਜ ਹਰੇਕ ਘਰ ਦੇ ਵਿੱਚ ਲਗਭਗ ਇੱਕ ਗੋਡਿਆਂ ਦਾ ਜੋੜਾਂ ਦੇ ਦਰਦਾਂ ਦਾ ਮਰੀਜ਼ ਹੈ। ਅਤੇ ਜਿਹਨੂੰ ਆਪਾਂ ਗਲੂਕੋਜ਼ਾਮਾਈਨ ਕਹਿੰਦੇ ਹਾਂ ਨਾ, ਵੀ ਬਾਹਾਂ ਵਿੱਚ ਕਹਿ ਦਿੰਦੇ ਵੀ ਇਹ ਹਾਂ ਆਪਣਾ ਗਲੀਸ਼ ਖਤਮ ਹੋ ਗਿਆ। ਗਲੀਸ਼ ਤਾਂ ਕਿਹੜਾ ਆਪਣੇ ਇੱਥੇ ਹੋਵਾਂ ਵੀ ਵੈਰਿੰਗ ਨੇ ਵੀ ਆਪਾਂ ਗਲੀਸ਼ ਪਾ ਦਾਂਗੇ, ਇਹਦੇ ਵਿੱਚ ਵੈਰਿੰਗ ਤਾਂ ਕੋਈ ਹੈ ਨਹੀਂ, ਇਹ ਤਾਂ ਆਪਣੇ ਪੇਟ ਤੋਂ ਲਿਵਰ ਤੋਂ ਜਿਹੜਾ ਲਿਕੁਇਡ ਆ ਨਾ ਉਹੀ ਗੋਡਿਆਂ 'ਚ ਜਾਣਾ ਆਪਣਾ। ਦੇਖੋ ਹੁਣ ਬੈਂਗਣੀ ਤਾਂ ਸਾਰਿਆਂ ਨੂੰ ਵੱਧ, ਭਿੰਡੀ ਤਾਂ ਸਾਰਿਆਂ ਨੂੰ ਵੱਧ ਹੁੰਦੀ ਆ, ਹੁਣ ਆ ਗਈ ਗੋਭੀ, ਗੋਭੀ ਦੇ ਵਿੱਚ ਯੂਰੀਆ ਸਾਰਿਆਂ ਨੂੰ ਵੱਧ ਹੈ, ਬੈ ਵੱਧ ਆ ਸਾਰਿਆਂ ਨੂੰ। ਹਨੇਰੀਆਂ ਲਿਆ ਦਿੰਦੇ ਜੀ ਸਰਦੀਆਂ 'ਚ ਗੋਭੀ ਖਾ ਖਾ, ਬਸ ਹਨੇਰੀਆਂ ਨੇ ਜਿੰਨੇ ਆਪਾਂ ਹਨੇਰੀਆਂ ਲਿਆਉਣਾ ਚਾਹੁੰਦੇ ਹਾਂ ਹਨੇਰੀਆਂ ਨਾਲ ਆਪਣੇ ਗੋਡੇ ਮੋਢੇ ਦੁਖਦੇ ਆ ਜੀ। ਸਾਡੇ ਜਿਹੜੇ ਪੁਰਾਣੇ ਦਰਦ ਪੁਰਾਣੀਆਂ ਸੱਟਾਂ ਉਹ ਵੀ ਦਰਦ ਕਰਨ ਲੱਗ ਗਈਆਂ, ਉਹਨਾਂ 'ਤੇ ਤੁਹਾਡਾ ਨੁਸਖਾ ਫਾਰਮੂਲਾ ਕੰਮ ਕਰੇਗਾ? ਅਤੇ ਮੈਨੂੰ ਇਹ ਵੀ ਦੱਸੋ ਵੀ ਉਹ ਹੋਣ ਕਿਉਂ ਲੱਗ ਜਾਂਦੇ ਨੇ? ਪਥਰੀਆ ਕੋਈ ਨੁਸਖਾ ਜੀ, ਕੋਈ ਦਵਾਈ ਹੈ? ਹਾਂਜੀ ਆਪਾਂ ਦਵਾਈ ਬਣਾਉਂਦੇ ਹਾਂ ਜੀ ਇਹਦੀ। ਇਹ ਕੀ ਦਵਾਈ ਹੈ ਜੀ? ਨਹੀਂ ਨਹੀਂ ਇਹ ਪਥਰੀਆ ਬਾਥਰੂਮ ਰਾਹੀਂ ਕੱਢੀ ਜੀ। ਐਡੀ ਬੜੀ? ਹਾਂਜੀ ਆਹ ਦਿਖਾ ਦਿਓ, ਨਿਕਲ ਆਉਂਦੀ ਜੀ ਐਡੀ ਬੜੀ? ਲਓ ਜੀ ਨਿਕਲੂ, ਇਹਦਾ ਨੋਰਮਲ ਆ ਜੀ, ਅਜੇ ਇਹ ਤੋਂ ਵੱਡੀਆਂ ਵੱਡੀਆਂ ਕੱਢੀਆਂ ਦੇਖ ਲਓ ਜੀ, ਆਹ ਦਿਖਾ ਦਿਓ ਜੀ, ਇਹ ਬਾਥਰੂਮ ਰਾਹੀਂ ਨਿਕਲੀ ਹੈ। ਐਂ ਜਿਵੇਂ ਕੋਈ ਨੱਕ ਦਾ ਕੋਕਾ ਸਾਂਭ ਕੇ ਰੱਖਿਆ ਹੁੰਦਾ। ਕਿੰਨੇ ਦਿਨਾਂ ਦੇ ਵਿੱਚ ਗੋਡਿਆਂ ਦਾ ਦਰਦ ਹੈਗਾ? ਤੁਸੀਂ ਤਾਂ ਕਹਿੰਦੇ ਵੀ ਘੰਟੇ ਛੱਡੋ, ਵੀ ਰਾਤੋਂ ਰਾਤ ਵੀ ਫਰਕ ਪੈਣਾ ਸ਼ੁਰੂ ਹੋ ਜਾਏਗਾ? ਹਾਂਜੀ ਰਾਤੋਂ ਰਾਤ ਵੀ ਫਰਕ ਪੈਣਾ ਸ਼ੁਰੂ ਹੋ ਗਿਆ, ਜਿਹਨੂੰ ਨੋਰਮਲ ਆ, ਜਿਹਨੂੰ ਹੁਣ ਕਰੋਨਿਕ ਮਰੀਜ਼ ਹੈ ਜਿਹੜਾ ਵਿਗੜਿਆ ਹੁੰਦਾ, ਜਿਹੜਾ ਵਾਹਲੇ ਸਿਰ ਦਾ ਕੜਕੜ ਕਰਦਾ, ਫਿਰ ਉਹਨੂੰ ਹੌਲੀ ਹੌਲੀ ਗਲੀਸ਼ ਭਰਨਾ ਪੈਂਦਾ ਨਾ। ਮੇਰੇ ਹੱਥ ਦੇ ਵਿੱਚ ਇਹ ਉਹ ਫਲ ਹੈ ਜਿਸ ਫਲ ਦਾ ਇਸਤੇਮਾਲ ਸਾਡੇ ਬਜ਼ੁਰਗ ਕਰਦੇ ਸੀ, ਸਾਡੀਆਂ ਦਾਦੀਆਂ ਸਾਡੀਆਂ ਨਾਨੀਆਂ ਸਾਡੇ ਦਾਦੇ ਸਾਡੇ ਨਾਨੇ ਕਰਦੇ ਸਨ, ਅਤੇ ਉਹਨਾਂ ਦੇ ਕਦੇ ਓਪਰੇਸ਼ਨ ਗੋਡਿਆਂ ਦੇ ਨਹੀਂ ਹੋਏ ਸਨ, ਉਹਨਾਂ ਦੇ ਜੋੜਾਂ ਦੇ ਵਿੱਚ ਕਦੇ ਦਰਦ ਨਹੀਂ ਹੋਏ ਸਨ। ਅਤੇ ਇਹ ਅੱਜ ਤੁਹਾਡੇ ਨਾਲ ਇਹਨਾਂ ਫਲਾਂ ਦਾ ਇਹ ਨੁਸਖਾ ਅਸੀਂ ਸਾਂਝਾ ਕਰਾਂਗੇ। ਜੋ ਲੋਕ ਗੋਡਿਆਂ ਦੇ ਦਰਦ ਤੋਂ ਪਰੇਸ਼ਾਨ ਨੇ, ਜੋੜਾਂ ਦੇ ਦਰਦਾਂ ਤੋਂ ਪਰੇਸ਼ਾਨ ਨੇ, ਵੈਦ ਜੀ ਦਾ ਕਹਿੰਦਾ ਕਿ ਓਪਰੇਸ਼ਨ ਕਰਾਉਣ ਤੱਕ ਦੀ ਜਿਨ੍ਹਾਂ ਦੀ ਨੌਬਤ ਆ ਗਈ ਹੈ, ਓਪਰੇਸ਼ਨ ਥੀਏਟਰ 'ਚੋਂ ਤੁਹਾਨੂੰ ਵਾਪਸ ਕੱਢ ਲਿਆਏਗਾ, ਇਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਫਲ ਹੈਗਾ, ਇਹ ਜਿਹੜੇ ਡਾਂਗ ਸੋਟੀ ਯੂਜ਼ ਕਰਕੇ ਤੁਰਨ ਵਾਲੇ ਬੰਦੇ ਅਤੇ ਜਨਾਨੀਆਂ ਨੇ, ਇਹ ਉਹਨਾਂ ਦੀ ਡਾਂਗ ਸੋਟੀ ਤੋੜ ਦੇਗਾ। ਅਸੀਂ ਕਹਿ ਲਈਏ ਕਿ ਇਹ ਜਿਹੜਾ ਗੋਡਿਆਂ ਵਾਲਿਆਂ ਦਾ ਅਜਿਹਾ ਰਾਮਬਾਨ ਨੁਸਖਾ ਤੁਹਾਡੇ ਨਾਲ ਸਾਂਝਾ ਕਰਨ ਲੱਗਿਆਂ, ਔਰ ਮੁੱਲ ਵੀ ਮਹਿਜ਼ ਬਹੁਤ 15 ਜਾਂ 20 ਰੁਪਏ ਦੇ ਵਿੱਚ ਤੁਹਾਡੇ ਗੋਡੇ ਨੇ ਜਿਹੜੇ ਉਹ ਹੱਲ ਅੱਜ ਵੈਦ ਉੱਪਲ ਕਰਨਗੇ ਰੈਕੋਟ ਵਾਲੇ। ਗੱਲਬਾਤ ਕਰ ਲੈਂਦੇ ਹਾਂ, ਅਸੀਂ ਸ਼ੁਰੂਆਤ ਕਰ ਲੈਂਦੇ ਹਾਂ। ਵੈਦ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ TV ਪੰਜਾਬੀ 'ਤੇ। ਹਾਂਜੀ ਫਰੁਖੀ ਸਾਹਿਬ, ਸਾਰੇ ਤੁਹਾਡੇ ਹਕੀਕਤ TV ਦੇਖਦਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਵੈਦ ਜੀ, ਤੁਸੀਂ ਕਹਿ ਰਹੇ ਹੋ ਕਿ ਅੱਜ ਤੁਹਾਡੇ ਨਾਲ ਡਾਂਗ ਤੋੜ ਤੁਸੀਂ ਸੋਟੀ ਤੋੜ ਫਾਰਮੂਲਾ ਜਿਹੜਾ ਉਹ ਸਾਂਝਾ ਕਰੋਗੇ, ਜਿਹਦੇ ਨਾਲ ਗੋਡਿਆਂ ਵਾਲੇ ਸਹਾਰਾ ਲੈ ਕੇ ਤੁਰਦੇ ਨੇ ਉਹ ਡਾਂਗਾਂ ਸੋਟੀਆਂ ਤੋੜ ਦੇਣਗੇ, ਉਹ ਕੀ ਨੁਸਖਾ ਹੈ ਜੀ? ਹਾਂਜੀ ਇਹ ਨੁਸਖਾ ਬਹੁਤ ਵਧੀਆ ਜੀ, ਤੁਸੀਂ ਜਿਹੜਾ ਅੱਜ ਸਾਡੇ ਨਾਲ ਸ਼ੇਅਰ ਕਰਨ ਲੱਗੇ ਹੋ, ਬਹੁਤ ਵਧੀਆ ਪ੍ਰੋਬਲਮ ਤੋਂ ਹੱਲ ਕਰਨ ਵਾਲਾ ਵੱਡਾ ਨੁਸਖਾ ਇਹ ਆ, ਕਿਉਂਕਿ ਜਿਹੜੇ ਆਪਣੇ ਬਜ਼ੁਰਗ ਹੁੰਦੇ ਸੀ ਉਹ ਆਪਣੇ ਓਪਰੇਸ਼ਨ ਨਹੀਂ ਸੀ ਕਰਾਉਂਦੇ, ਕਿਉਂਕਿ ਉਹ ਘਰੇਲੂ ਚੀਜ਼ਾਂ 'ਤੇ ਹੀ ਨਿਰਭਰ ਕਰਦੇ ਸੀਗੇ।
ਹੁਣ ਆਪਣੇ ਚੱਲ ਪਏ ਅੰਗਰੇਜ਼ੀ ਵੱਲ, ਐਲੋਪੈਥੀ ਵੱਲ। ਐਲੋਪੈਥੀ ਰਿਲੀਫ ਤਾਂ ਦਿੰਦੀ ਆ ਪਰ ਜੜ੍ਹ ਤੋਂ ਨਹੀਂ ਚੱਕਦੀ ਹੈਗੀ ਜੀ। ਹੁਣ ਜਿਹੜੇ ਆਪਣੇ ਨੁਸਖੇ ਨੇ ਜੀ, ਇਹ ਜਿਵੇਂ ਆਪਾਂ ਪਹਿਲਾਂ ਪਾਏ ਸੀ ਨੁਸਖੇ, ਬਹੁਤ ਕੀਲੇ ਵਾਲਾ ਪਾਇਆ, ਫਿਰ ਲਸਣ ਵਾਲਾ ਪਾਇਆ, ਹਾਂਜੀ ਬਹੁਤ ਕਾਰਗਰ ਰਹੇ ਨੇ। ਹੁਣ ਬਹੁਤ ਜ਼ਿਆਦਾ ਫੋਨ ਆਏ ਸੀਗੇ ਵੀ ਸਾਨੂੰ ਗੋਡਿਆਂ ਬਾਰੇ ਜਾਂ ਹੋਰ ਬਾਰੇ ਵੀ ਦੱਸੋ ਵੀ ਤੁਸੀਂ ਬਣਾਉਂਦੇ ਹੋ ਮੈਡੀਸਨ। ਹਾਂਜੀ ਅਸੀਂ ਬਣਾਉਂਦੇ ਹਾਂ, ਬਹੁਤ ਵਧੀਆ ਬਣਾਉਂਦੇ ਹਾਂ, ਨੇਚਰ ਬਣਾਉਂਦੇ ਹਾਂ, ਕੋਈ ਕੈਮੀਕਲ ਨਹੀਂ ਹੈਗਾ, ਕੁਛ ਨਹੀਂ ਹੈਗਾ, ਅਸੀਂ ਆਪਦੇ ਹੱਥੀਂ ਤਿਆਰ ਕਰਦੇ, ਆਪਦੇ ਹੱਥੀਂ ਬਣਾਉਂਦੇ ਹਾਂ। ਅੱਛਾ ਪਹਿਲਾਂ ਇੱਕ ਇਹ ਦੱਸੋ, ਤੁਹਾਡੇ ਕੋਲ ਅਸੀਂ ਇਹ ਫਾਰਮੂਲਾ ਦੇਖੋ, ਫਾਰਮੂਲਾ ਤਿਆਰ ਬਰ ਤਿਆਰ ਹੈਗਾ, ਬਸ ਵੈਜ ਦੇ ਹੱਥ ਚੱਲਣ ਵਾਲੇ ਨੇ ਇਸ ਫਾਰਮੂਲੇ 'ਤੇ, ਅਤੇ ਤੁਹਾਨੂੰ ਗੋਡਿਆਂ ਦਾ ਫਾਰਮੂਲਾ ਉਹ ਜਿਹੜਾ ਮਿਲ ਜਾਣਾ। ਵੈਜ ਜੀ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਜਿਹੜੇ ਗੋਡੇ ਨੇ, ਮੋਢੇ ਨੇ, ਪਿੱਠ ਦਰਦ ਹੈਗੀ ਹੈ, ਸਰਵਾਈਕਲ ਹੋ ਜਾਂਦਾ, ਅੱਡੀਆਂ ਦਰਦ ਕਰਨ ਲੱਗ ਜਾਂਦੀਆਂ ਨੇ, ਇਹ ਹੁੰਦਾ ਕਿ ਉਹ ਪਹਿਲਾਂ ਤਾਂ ਬਹੁਤ ਘੱਟ ਸੁਣਦੇ ਸੀ ਜੀ। ਅਸੀਂ ਅੱਜ ਹਰੇਕ ਘਰ ਦੇ ਵਿੱਚ ਲਗਭਗ ਇੱਕ ਗੋਡਿਆਂ ਦਾ, ਜੋੜਾਂ ਦੇ ਦਰਦਾਂ ਦਾ ਮਰੀਜ਼ ਹੈ। ਇਹ ਵੀਰ ਜੀ ਪਹਿਲਾਂ ਆਪਣੇ ਜਿਹੜੇ ਹੁੰਦੇ ਸੀ ਨਿਊਡਲ, ਇਹ ਫਾਸਟ ਫੂਡ ਇਹ ਆਪਣੇ ਹੈ ਨਹੀਂ ਸੀਗੇ। ਪਹਿਲਾਂ ਆਪਣੇ ਸੀਗੀਆਂ ਆਪਣੇ ਨੋਰਮਲ ਰੋਟੀਆਂ, ਨੋਰਮਲ ਫਲ, ਇਹ ਫਲ ਜਿਹੜੇ ਹੁੰਦੇ ਸੀਗੇ ਇਹ ਆਪਣੇ ਨੋਰਮਲ ਹੁੰਦੇ ਸੀਗੇ ਜੀ। ਹੁਣ ਤਾਂ ਸਾਰੇ ਕੈਮੀਕਲ ਵਾਲੇ ਆਉਂਦੇ ਵੀਰ ਜੀ। ਜਿਹੜੀ ਆਪਣੀ ਕਣਕ ਸੀ ਅੱਗੇ ਬਗੈਰ ਸਪਰੇ ਤੋਂ, ਬਗੈਰ ਰੇਹ ਤੋਂ ਹੁੰਦੀ ਸੀ, ਰੂੜੀ ਦੇ ਰੇਹ ਦਾ ਦੇਸੀ ਖਾਦ ਨਾਲ ਹੁੰਦੀ ਸੀ, ਹੁਣ ਤਾਂ ਸਾਰੇ ਅੰਗਰੇਜ਼ੀ ਚੱਲ ਪਿਆ ਜੀ। ਅੰਗਰੇਜ਼ੀ ਦੇ ਨਾਲ ਆਪਾਂ ਕਹਿੰਦੇ ਨਾ ਵਾਤ ਰੋਗ, ਜਿਹੜਾ ਵਾਤ ਰੋਗ ਵੱਧਦਾ ਨਾ, ਵਾਤ ਰੋਗ ਦੇ ਨਾਲ ਹੀ ਦਰਦਾਂ ਹੁੰਦੀਆਂ ਨੇ ਜੀ, ਜਿਹਨੂੰ ਆਪਾਂ ਬੈ ਕਹਿੰਦੇ ਹਾਂ, ਇਹ ਉਹਦੇ ਨਾਲ ਹੀ ਦਰਦਾਂ ਹੁੰਦੀਆਂ ਨੇ, ਆਪਾਂ ਦੇਖਦੇ ਨਹੀਂ ਜੀ। ਜਿਹਨੂੰ ਮੰਨੋ ਵੀ ਹੋ ਗਿਆ ਟਾਈਫਾਇਡ ਹੋ ਗਿਆ, ਆਪਾਂ ਇਹ ਵੀ ਅਨਗੌਰ ਕਰ ਦਿੰਦੇ ਹਾਂ, ਟਾਈਫਾਇਡ ਹੋ ਗਿਆ ਉਹਨੂੰ ਹੌਲੀ 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 ਜੀ ਇਹ ਯੂਰਕੈਸ਼ਡ ਬਣ ਜਾਂਦਾ, ਯੂਰਕੈਸ਼ਡ ਤੋਂ ਫਿਰ ਇਹ ਗਠੀਆ ਬਣ ਜਾਂਦਾ, ਇਹ ਵੀ ਵਾਤ ਰੋਗ ਦੀ ਲੱਛਣ ਹੋ ਜਾਂਦੇ ਜੀ ਸਾਰੇ। ਫਿਰ ਵਾਤ ਰੋਗ ਵੱਧ ਜਾਂਦਾ, ਫਿਰ ਗੋਡੇ ਜਿਹਨੂੰ ਆਪਾਂ ਗਲੂਕੋਸਾਮਾਈਨ ਕਹਿੰਦੇ ਹਾਂ ਨਾ, ਵੀ ਵਿੱਚ ਕਹਿ ਦਿੰਦੇ ਵੀ ਇਹ ਆਪਣਾ ਗਲੀਸ ਖਤਮ ਹੋ ਗਿਆ। ਗਲੀਸ ਤਾਂ ਕਿਹੜਾ ਆਪਣੇ ਇੱਥੇ ਹੋਵਾ ਵੀ ਵੈਰਿੰਗ ਨੇ ਵੀ ਆਪਾਂ ਗਲੀਸ ਪਾ ਦਾਂਗੇ, ਇਹਦੇ ਵਿੱਚ ਵੈਰਿੰਗ ਤਾਂ ਕੋਈ ਹੈ ਨਹੀਂ, ਇਹ ਤਾਂ ਆਪਣੇ ਪੇਟ ਤੋਂ ਲਿਵਰ ਤੋਂ ਜਿਹੜਾ ਲਿਕੁਇਡ ਆ ਨਾ ਉਹੀ ਗੋਡਿਆਂ 'ਚ ਜਾਣਾ ਆਪਣਾ। ਹਾਂਜੀ ਜੇ ਉਹ ਆਪਣੇ ਉਹ ਬੈ ਨਾ ਹੋਊਗੀ ਪ੍ਰੋਪਰ, ਉਹ ਇਲਾਜ ਠੀਕ ਜਾਊ, ਟੋਇਲਟ ਕਾਬਜ਼ ਨਾ ਹੋਊਗੀ, ਟੋਇਲਟ ਬੰਦਾ ਠੀਕ ਜਾਊਗਾ, ਤੇਜ਼ਾਬ ਨਾ ਬਣੂਗਾ, ਅਤੇ ਉਹਦਾ ਕਰਕੇ ਇਹ ਬੈ ਵੱਧਦੀ ਆ, ਬੈ ਕਰਕੇ ਹੀ ਆਪਣੇ ਗੋਡੇ ਦੁਖਦੇ ਆ ਜੀ। ਅੱਛਾ ਮਤਲਬ ਕਿਹੜੀਆਂ ਚੀਜ਼ਾਂ ਨੇ ਫਿਰ ਜਿਹੜੀਆਂ ਖਾ ਕੇ ਜ਼ਿਆਦਾ ਬੈ ਵੱਧ ਜਾਂਦੀ ਹੈ ਤੁਹਾਡੇ ਮੁਤਾਬਕ? ਦੇਖੋ ਜੀ ਬੈ ਤਾਂ ਹੁਣ ਫਰੂਕੀ ਸਾਹਿਬ ਤਕਰੀਬਨ ਸਾਰਾ ਸੀ ਹੈ ਜੀ। ਹਾਂਜੀ ਦੇਖ ਆਲੂ 'ਚ ਵੀ ਹੋ ਗਈ, ਚਾਵਲਾਂ 'ਚ ਵੀ ਹੋ ਗਈ, ਅਰਬੀ 'ਚ ਵੀ ਹੋ ਗਈ, ਭਿੰਡੀ 'ਚ ਵੀ ਹੋ ਗਈ, ਬੈਂਗਣੀ 'ਚ ਵੀ ਹੋ ਗਈ, ਸਾਰੇ 'ਚ ਤੇਜ਼ਾਬ ਦਾ ਬੈ ਉਹਦੇ ਕਰਕੇ ਹੁੰਦਾ ਜੀ ਸਾਰਾ ਇਹ। ਉਹ ਕਿਉਂਕਿ ਜਿੱਥੇ ਹੁਣ ਸਪਰੇ ਹੁੰਦੀ ਆ, ਸਪਰੇ ਵਾਲੀਆਂ ਸਾਰੀਆਂ ਜੀ ਜ਼ਰੂਰੀਆਂ ਸਪਰੇ ਦੇ ਕੋਲ ਬੈਂਗਣੀ ਤਾਂ ਸਾਰਿਆਂ ਨੂੰ ਵੱਧ, ਭਿੰਡੀ ਤਾਂ ਸਾਰਿਆਂ ਨੂੰ ਵੱਧ ਹੁੰਦੀ ਆ। ਹੁਣ ਆ ਗਈ ਗੋਭੀ, ਗੋਭੀ ਦੇ ਵਿੱਚ ਯੂਰੀਆ ਸਾਰਿਆਂ ਨੂੰ ਵੱਧ ਹੈ, ਬੈ ਵੱਧ ਆ ਸਾਰਿਆਂ ਨੂੰ। ਹਨੇਰੀਆਂ ਲਿਆ ਦਿੰਦੇ ਜੀ ਸਰਦੀਆਂ 'ਚ ਗੋਭੀ ਖਾ ਖਾ, ਬਸ ਹਨੇਰੀਆਂ ਨੇ ਜਿੰਨੇ ਆਪਾਂ ਹਨੇਰੀਆਂ ਲਿਆਉਣਾ ਚਾਹੁੰਦੀਆਂ, ਹਨੇਰੀਆਂ ਨਾਲ ਆਪਣੇ ਗੋਡੇ ਮੋਢੇ ਦੁਖਦੇ ਆ ਜੀ। ਹਾਂਜੀ ਇਹ ਸਰਵਾਈਕਲ ਵਾਸਤੇ ਵੀ ਆ, ਸਰਵਾਈਕਲ ਆਪਣੇ ਊਂ ਨਹੀਂ ਹੁੰਦਾ, ਆਪਾਂ ਕਹਿੰਦੇ ਨੇ ਆਹ ਹੋ ਗਿਆ ਸਰਵਾਈਕਲ ਹੋ ਗਿਆ, ਇੱਥੋਂ ਦੁੱਖ ਗਿਆ, ਇਹ ਕਿਤੇ ਉੱਪਰੋਂ ਨਹੀਂ ਆਇਆ ਜੀ, ਆਪਣੇ ਸਰੀਰ 'ਚੋਂ ਹੀ ਗਿਆ। ਜਦੋਂ ਆਪਣੇ ਬੈ ਵੱਧਦੇ ਉਹਨੂੰ ਬੈ ਨੇ ਕਿਸੇ ਪਾਸੇ ਦਾ ਦਿਖਾਉਣਾ ਵੀ ਮੈਂ ਇੱਥੇ ਜਾ ਕੇ ਗੰਢ ਵੱਜ ਗਈ, ਇੱਥੇ ਜਾ ਕੇ ਸੋ ਜਾ ਗਈ, ਉੱਥੇ ਵੀ ਦਰਦ ਹੋਣਾ ਸ਼ੁਰੂ ਹੋ ਜਾਂਦਾ। ਜਿੱਥੇ ਬੈ ਜ਼ਿਆਦਾ ਵੱਧਦੀ ਆ ਨਾ ਉੱਥੇ ਜਾ ਕੇ ਹੀ ਆਪਣੇ ਪੇਨ ਹੁੰਦਾ ਜੀ। ਜੀ ਹਾਂਜੀ। ਪਰ ਬਹੁਤ ਵਾਰ ਹੁੰਦੇ ਜੀ ਰਾਤ ਨੂੰ ਬੰਦਾ ਠੀਕ ਪੈਂਦਾ ਅਤੇ ਸਵੇਰੇ ਨੂੰ ਜਦੋਂ ਉੱਠਿਆ ਸਾਰਾ ਕਿਤੇ ਸਾਰਾ ਕੁਛ ਆਕੜਿਆ ਪਿਆ ਹੁੰਦਾ ਜੀ। ਦੇਖੋ ਜੀ ਜਦੋਂ ਆਪਣਾ ਸੂਰਜ ਚੜ੍ਹ ਗਿਆ ਉਹ ਬੈ ਥੋੜ੍ਹੀ ਥੋੜ੍ਹੀ ਘਟਣੀ ਸ਼ੁਰੂ ਹੋ ਗਈ। ਅੱਛਾ। ਜਦੋਂ ਕਿਉਂਕਿ ਆਪਣਾ ਵਰਕ ਕਰਨਾ ਸ਼ੁਰੂ ਹੋ ਗਿਆ, ਆਪਣਾ ਖੂਨ ਤੁਰਨਾ ਸ਼ੁਰੂ ਹੋ ਗਿਆ, ਜਦੋਂ ਆਪਾਂ ਦਿਨ ਦੇ ਸਿਪ ਗਿਆ ਨਾ ਉਦੋਂ ਬਾਅਦ ਦਰਦਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੀ। ਅਤੇ ਇੱਕ ਆਪਣੇ ਖਾਣ ਪੀਣ ਦਾ ਜੀ, ਜਿਵੇਂ ਆਪਣੀ ਕਣਕ ਆ ਨਾ, ਕਣਕ ਦਾ ਆਟਾ ਹੁਣ ਆਮ ਰੂਲੇ ਵਾਲਾ ਹੀ ਆ ਜੀ, ਰੂਲੇ ਵਾਲਾ ਨਾ ਉਹਨੂੰ ਆਪਾਂ ਛੱਡੀਏ ਵੀਰ ਜੀ, ਉਹਦੇ ਆਪਾਂ ਛੱਡ ਕੇ ਨਾ ਕਣਕ ਦੇ ਆਟੇ ਨੂੰ ਆਪਾਂ ਜਾਂ ਤਾਂ ਖਾਈਏ ਬਾਜਰੇ ਦਾ ਆਟਾ ਜਾਂ ਜੌਵਾਂ ਦਾ ਆਟਾ ਜਾਂ ਜਵਾਰ ਦਾ ਆਟਾ, ਇਹ ਚੀਜ਼ਾਂ ਖਾਓ। ਕਿਉਂ ਕਣਕ ਦਾ ਆਟਾ ਗੁੰਨ ਕੇ ਦੇਖਿਓ, ਜਦੋਂ ਗੁੰਨਾਂਗੇ ਉਹਨੂੰ ਤੋੜਾਂਗੇ ਲੇਟੀ ਜਿਹੀ ਬਣ ਜਾਂਦੀ ਆ, ਫਿਰ ਉਹ ਜਿਹੜੀ ਲੇਟੀ ਬਣਦੀ ਆ ਉਹ ਆਪਣੇ ਲੀਵਰ 'ਤੇ ਹੀ ਜੰਮਦੀ ਆ, ਉਹਨੂੰ ਹਾਜ਼ਮ ਨਹੀਂ ਕਰਦੀ, ਉਹਦੇ ਕਰਕੇ ਫਿਰ ਉਹ ਬੈ ਬਣਦੀ ਆ। ਬੈ ਤੁਸੀਂ ਗਰਮ ਰੋਟੀ ਕਣਕ ਦੀ ਖਾ ਲਓਗੇ ਨਾ, ਦੁੱਗਣਾ ਤੇਜ਼ਾਬ ਬਣੂਗਾ ਜੀ, ਦੁੱਗਣਾ ਬੀ ਪੀ ਵਧੂਗਾ,
हाँ जी तो बड़ी वड्डी गल है, मतलब सानू तो आदत गरम गरम लेंदी लेंदी रोटी सी, कहने भी जदों असी आ गए साडे घर च आउण तो बाद फिर सानू लेंदी लेंदी गरम गरम कणक दी रोटी दिओ। नहीं जी ये बहुत माड़ी गल है जी। देखो सब्जी दाण ये गर्म खा लो, जिहड़ी रोटी है ना कणक दी रोटी इहनू गर्म ना खाओ, इहनू तां नॉर्मल रोटी खाओ। इहदे विच गैस तेजाब ब्लड हाई ये करदी है। हाँ जी गर्म रोटी जी ये च बहुत ज़्यादा ਉਹ ਤੇਜ਼ਾਬ ਬਣ ਜਾਂਦਾ ਕਿਉਂਕਿ ਫਾਰਾ ਆ ਜਾਂਦਾ, ਪੇਟ ਭਰ ਜਾਂਦਾ। ਇੱਕ ਤਾਂ ਇਹ ਊਂ ਹਾਜ਼ਮ ਘੱਟ ਹੁੰਦੀ ਹੈ ਜੀ। ਹਾਂਜੀ ਗਰਮ ਰੋਟੀ ਹਾਜ਼ਮ ਘੱਟ ਹੁੰਦੀ ਆ ਜੀ, ਲੇਟੀ ਜੀ ਬਣ ਜਾਂਦੀ ਹੈ। ਦੇਖੋ ਤੁਸੀਂ ਰੋਟੀ ਜਦੋਂ ਆਪਾਂ ਚੱਪਦੇ ਹਾਂ ਨਾ ਉਹ ਕਿੰਨਾ ਕਿੰਨਾ ਚਿਰ ਚੱਬੀ ਨਹੀਂ ਜਾਂਦੀ, ਚੱਬੀ ਤਾਂ ਨਹੀਂ ਜਾਂਦੀ। ਜੇ ਆਪਾਂ ਉਹਦੇ ਵਿੱਚ ਮੱਕੀ ਦਾ ਆਟਾ ਪਾ ਲਈਏ ਉਹ ਛੇਤੀ ਹਾਜ਼ਮ ਆਜੂਗੀ। ਇਹਦੇ ਕਰਕੇ ਹੀ ਆਪਾਂ ਨੂੰ ਕਣਕ ਦੇ ਆਟੇ ਦਾ ਥੋੜ੍ਹਾ ਜਿਹਾ ਪਰਹੇਜ਼, ਜਾਣੀ ਮੈਨੂੰ ਤਾਂ ਮੈਂ ਤਾਂ ਵੀ ਤੁਸੀਂ 80% ਪਰਹੇਜ਼ ਰੱਖਣਾ ਜ਼ਰੂਰੀ ਹੈ ਜੀ। ਜੀ ਜੀ ਅੱਛਾ ਪਰ ਇੱਕ ਗੱਲ ਹੋਰ ਦੱਸੋ ਵੈਦ ਜੀ, ਤੁਸੀਂ ਕਹਿ ਰਹੇ ਹੋ ਕਿ ਅੱਜ ਇਹ ਜਿਹੜਾ ਫਾਰਮੂਲਾ ਨੁਸਖਾ ਹੈਗਾ, ਦੇਖੋ ਫਲ ਨੇ ਬੜੇ ਅਜੀਬ ਫਲ ਨੇ, ਸਮਝਾਂਗੇ ਵੀ ਕਿਹੜੇ ਫਲ ਨੇ। ਸਰਦੀਆਂ ਜਦੋਂ ਸ਼ੁਰੂ ਹੋ ਜਾਂਦੀਆਂ ਨੇ ਜਾਂ ਬਹੁਤ ਜ਼ਿਆਦਾ ਜਦੋਂ ਸਰਦੀਆਂ ਪੈਣੀਆਂ, ਠੰਡ ਪੈਣੀ ਸ਼ੁਰੂ ਹੋ ਜਾਂਦੀ ਹੈ, ਉਹ ਕਹਿੰਦੇ ਜੀ ਸਾਡੇ ਜ਼ਖਮ ਮੱਲੇ ਹੋ ਗਏ, ਸਾਡੇ ਜਿਹੜੇ ਪੁਰਾਣੇ ਦਰਦ ਪੁਰਾਣੀਆਂ ਸੱਟਾਂ ਉਹ ਵੀ ਦਰਦ ਕਰਨ ਲੱਗ ਗਈਆਂ, ਉਹਨਾਂ 'ਤੇ ਤੁਹਾਡਾ ਨੁਸਖਾ ਫਾਰਮੂਲਾ ਕੰਮ ਕਰੇਗਾ? ਅਤੇ ਮੈਨੂੰ ਇਹ ਵੀ ਦੱਸੋ ਵੀ ਉਹ ਹੋਣ ਕਿਉਂ ਲੱਗ ਜਾਂਦੇ ਨੇ? ਉਹ ਜੀ ਤੁਹਾਨੂੰ ਦੱਸਿਆ ਜਿਹਨੇ ਹੁਣ ਆਪਣੇ ਮੌਸਮ ਸਰਦੀ ਵਾਲਾ ਆ ਗਿਆ ਨਾ, ਉਦੋਂ ਗਰਮੈਸ਼ ਦੇ ਵਿੱਚ ਆਪਣਾ ਜਿਹੜਾ ਖੂਨ ਆ ਸਰਕਲ ਚੱਲਦਾ ਰਹਿੰਦਾ ਗਾ। ਹੁਣ ਕੁਛ ਤਾਂ ਠੰਡ ਹੋ ਗਈ, ਇਹਦੇ ਨਾਲ ਇਹ ਥੋੜ੍ਹਾ ਜਿਹਾ ਜੰਮਣਾ ਸ਼ੁਰੂ ਹੋ ਗਿਆ। ਆਪਾਂ ਤੁਰਦੇ ਘਾਟਾਂ ਬੋਕਰ ਨਹੀਂ ਮਾਰਦੇ ਆਪਾਂ ਬੈਠ ਕੇ, ਜਾਂ ਆਪਾਂ ਸਾਈਕਲ ਨਹੀਂ ਚਲਾਉਂਦੇ, ਇਹ ਆਪਣੇ 'ਚ ਵੀ ਨੁਕਸਾ ਵੀਰ ਜੀ ਨਿਰਾਪਰਾ ਆਪਣੇ। ਜਿਹਨਾਂ ਦੇ ਮਾਫ਼ ਕਰਨਾ ਤੁਹਾਨੂੰ ਵਿੱਚੋਂ ਰੋਕ ਰਿਹਾ, ਜਿਹਨਾਂ ਦੇ ਗੋਡੇ ਦੁਖਦੇ ਨੇ, ਜਿਹਨਾਂ ਦੇ ਮੋਢੇ ਦੁਖਦੇ ਨੇ, ਜਿਹਨਾਂ ਦੇ ਜੋੜ ਦਰਦ ਕਰਦੇ ਨੇ, ਉਹ ਵਿਚਾਰੇ ਸਾਈਕਲ ਕਿੱਥੋਂ ਚਲਾਉਣ ਜੀ? ਦੇਖੋ ਜੀ ਸਾਈਕਲ ਤਾਂ ਆਪਾਂ ਸਾਈਕਲ ਭੱਜ ਕੇ ਚੜ੍ਹਨ ਲਾ ਦਾਂਗੇ ਉਹਨਾਂ ਨੂੰ, ਭੱਜ ਕੇ ਚੜ੍ਹਨ ਲਾ ਦਾਂ। ਹਾਂਜੀ ਹਾਂਜੀ ਸਾਈਕਲ ਤਾਂ ਉਹ ਐਂ ਭਜਾਓ ਜਿਵੇਂ ਨਵਾਂ ਨੌਜਵਾਨ ਮੁੰਡਾ ਹੁੰਦਾ ਜੀ, ਉਹ ਪਰਮਾਤਮਾ ਦੀ ਦਇਆ ਹੋਣੀ ਚਾਹੀਦੀ ਹੈ ਜੀ। ਅਤੇ ਜਿਹਦੇ ਮੋਢੇ ਦੁਖਦੇ ਨੇ, ਦੇਖੋ ਜੀ ਵਰਜਿਸ਼ ਤਾਂ ਕਰਨੀ ਪਊਗੀ ਜੀ, ਮਾੜੀ ਜੀ ਪ੍ਰੈਕਟਿਸ ਤਾਂ ਕਰਨੀ ਪਊਗੀ ਨਾ ਫਰੂਕੀ ਸਾਹਿਬ। ਜੇ ਹੁਣ ਫਰੂਕੀ ਸਾਹਿਬ ਹੁਣ ਮੈਂ ਆਹ ਲਿਜਾ ਕੇ ਦੇ ਤੇ ਵੀ ਆਹ ਖਾ ਲਓ, ਅਤੇ ਆਪਾਂ ਉਹਨੇ ਦੇਖਣੇ ਨਾ ਵੀ ਇਹ ਕਿਸ ਵਜ੍ਹਾ 'ਤੇ ਕੰਮ ਆਉਣਗੇ, ਬਾਤ 'ਤੇ ਆ, ਪਿੱਤ 'ਤੇ ਆ, ਕਫ 'ਤੇ ਆ, ਆਮਦਾ ਬਾਜੂ ਰੋਗ 'ਤੇ ਕੰਮ ਕਰਦੇ ਨੇ ਇਹ ਬਾਜੂ ਰੋਗ 'ਤੇ ਇੰਨਾ ਕੰਮ ਕਰਦੇ। ਜਦੋਂ ਡਾਕਟਰ ਸਾਹਿਬ ਕੋਈ ਕਹਿ ਰਹੇ ਨੇ ਨਾ ਵੱਡੇ ਵੀ ਤੁਹਾਡੇ ਗੋਡੇ ਬਦਲਣੇ ਆ ਜੀ, ਜਦੋਂ ਗੋਡੇ ਬਦਲਣੇ ਆ ਉਹਦੇ ਉਹ ਕਹਿੰਦੇ ਨੇ ਤੁਹਾਡੇ ਜਾਂ ਤਾਂ ਗੋਡਿਆਂ 'ਚ ਗੈਪ ਪੈ ਗਿਆ ਜਾਂ ਤੁਹਾਡੇ ਜੀ ਗਲੀਸ ਖਤਮ ਹੋ ਗਿਆ। ਮੈਂ ਪਹਿਲਾਂ ਵੀ ਦੱਸਿਆ ਸੀ ਗਲੀਸ ਗੋਡੇ ਉਹ ਕੜਕੜ ਵੀ ਕਰਨ ਲੱਗ ਜਾਂਦੇ, ਉਹ ਫਿਰ ਜੀ ਪੜਾਕੇ ਦਾ ਫਿਰ ਜੀ ਉਹ ਇੱਕਲੀ ਪੈਂਦੇ ਆ। ਜਦੋਂ ਆਪਣੇ ਗਲੂਕੋਜ਼ ਦਾ ਮੈਂ ਨਾ ਲੀਵਰ 'ਚੋਂ ਜਾਂਦਾ ਨਹੀਂ, ਆਪਾਂ ਸਾਰੀ ਦਿਹਾੜੀ ਤਾਂ ਮੈਦਾ ਖਾਂਦੇ ਹਾਂ, ਬਰਗਰ ਖਾ ਗਏ, ਨਿਊਡਲ ਖਾਣੇ, ਅਤੇ ਆਪਾਂ ਜਿਹੜੇ ਹੁੰਦੇ ਆ ਨਾ ਬ੍ਰੈਡ, ਆਪਾਂ ਕਹਿੰਦੇ ਨਾ ਚੱਲ ਜਾਣਾ ਇਹ ਹੌਣੇ ਨੇ ਬ੍ਰੈਡ ਲਿਆ ਕੇ ਉਹ 20 ਰੁਪਏ ਵਾਲਾ ਪੀਸ ਜਿਹਾ ਪੈਕਟ ਜਿਹਾ ਲਿਆ ਕੇ ਉਹ ਖਾ ਲਓ, ਉਹ ਜਿਹੋ ਜਿਹਾ ਨਾ ਆਪਾਂ 2-1 ਦਾ ਪਲਸਤਰ ਲਾ ਤਾ, 2-1 ਦਾ ਪਲਸਤਰ ਲਾ ਤਾ, ਉਹ ਆਪਣੇ ਅੰਦਰ ਸਰੀਰ ਦੇ ਉਹ 2-1 ਦਾ ਪਲਸਤਰ ਲੱਗ ਜਾਂਦਾ ਬ੍ਰੈਡਾਂ ਨਾਲ, ਬ੍ਰੈਡਾਂ ਨਾਲ ਜੀ। ਤੁਸੀਂ ਉਹਨੂੰ ਤੋੜ ਕੇ ਦੇਖੋ, ਉਹਨੂੰ ਐਂ ਕਰੀ ਜਾਵੇ ਇਕੱਠਾ ਹੀ ਹੋਈ ਜਾਓ, ਇਕੱਠਾ ਹੀ ਹੋਈ ਜਾਓ, ਉਹ ਫਿਰ ਉੱਕਣੀ ਆਪਣੇ ਇਕੱਠਾ ਹੁੰਦਾ ਗਾ। ਤੁਸੀਂ ਡਾਕਟਰਾਂ ਦੀ ਗੱਲ ਦੱਸ ਰਹੇ ਸੀ ਮੋਢਿਆਂ ਵਾਲੀ ਗੋਡਿਆਂ ਵਾਲੀ, ਹਾਂਜੀ ਉਹ ਉੱਥੇ ਹੀ ਆ ਗਿਆ ਨਾ ਵੀ ਆਪਾਂ ਜਿਹੜਾ ਮੈਦਾ ਖਾਣਾ ਉਹਨੂੰ ਬਚਾਓ, ਮੈਦੇ ਦੇ ਨਾਲ ਜਦੋਂ ਆਪਾਂ ਮੈਦਾ ਖਾਣਾ ਫਿਰ ਲੂਕੜ ਨਹੀਂ ਬਣਨਾ। ਜੇ ਆਪਾਂ ਸਾਦੀ ਰੋਟੀ ਖਾਵਾਂਗੇ ਜਾਂ ਆਪਾਂ ਕਹਿੰਦਾ ਬਾਜਰੇ ਦੀ ਖਾ ਲਈ, ਜੌਵਾਂ ਦੀ ਖਾ ਲਈ, ਜਵਾਰ ਦੀ ਖਾ ਲਈ, ਮੱਕੀ ਦਾ ਖਾ ਲਿਆ, ਇਹਨੂੰ ਖਾਓ, ਇਹ ਹਾਜ਼ਮ ਛੇਤੀ ਆਉਂਦਾ, ਉਹਦਾ ਲੂਕੜ ਬਣੂ ਆਪਣੇ ਇੰਗਲਿਸ ਜਾਊ ਗੋਡਿਆਂ 'ਚ, ਗੋਡਿਆਂ ਜਿਹਨੂੰ ਗਲੀਸ ਜਾਏ ਉਹ ਕੜਕ ਕੜਕ ਕਰਨ ਨੂੰ ਹਟ ਜਾਣਗੇ, ਨਹੀਂ ਤਾਂ ਕੜਕ ਕੜਕ ਕਰਨੇ ਲੱਗ ਹੀ ਜਾਣ ਆਮ ਹੀ ਲੱਗ ਜਾਂਦੇ। ਇੱਕ ਨੂਣ ਘਟਾਓ, ਨਿਮਕ ਘਟਾਓ, ਨਿਮਕ ਹੱਡੀਆਂ ਨੂੰ ਖਾਰਦਾ, ਕਰੇਡੇ ਨਾਟੀ ਵੀ ਉਹ ਬਣਾਉਂਦਾ ਜੀ। ਹਾਂਜੀ ਜੀ ਆਪਾਂ ਇਹਨਾਂ ਨੂੰ ਜਿਵੇਂ ਹੁਣ ਮੰਨੋ ਜੀ ਬੱਕਰੀ ਆ ਜਾਂ ਬੱਕਰਾ ਹੈਗਾ ਉਹ ਖੜ ਕੇ ਨਾ ਆਹ ਤੁੱਕੇ ਤੋੜਦਾ ਤਾਹਾਂ ਜਾਂ ਫਲ ਖਾਂਦਾ ਤਾਹਾਂ ਪੌੜ ਲਾ ਲੈਂਦਾ, ਉਹ ਕੀ ਖਾਂਦਾ? ਉਹ ਵੱਧ ਤੋਂ ਵੱਧ ਆਹ ਖਾਂਦਾ ਗਾ ਤੁੱਕੇ ਬਬੂਲ ਦੇ ਫਲ, ਕਿੱਕਰ, ਹਿੰਦੀ ਜਿਹਨੂੰ ਬਬੂਲ ਕਹਿ ਦਿੰਦੇ ਆ, ਪੰਜਾਬੀ 'ਚ ਆਪਣੀ ਕਹਾਵਤ ਆ ਕਿੱਕਰ, ਇਹਦੇ ਤੁੱਕੇ ਨੇ, ਇਹਦੇ ਤੁੱਕਿਆਂ ਨਾਲ ਪਾਊਡਰ ਖਾਈ ਜਾਓ। ਕਿੱਕਰ ਦੇ ਫਲ ਨੇ, ਕਿੱਕਰ ਦੇ ਫਲ ਆ ਜੀ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਤੁੱਕੇ। ਫਿਰ ਡਾਂਕਾਂ ਦੇ ਵਾਸਤੇ ਰੱਖੀਏ ਤੁਸੀਂ ਇਹ? ਫਿਰ ਜੀ ਜਦੋਂ ਇਹ ਗਲੂਕੋਜ਼ਾ ਮੈਨ ਪੂਰਾ ਕਰ ਜੂ, ਇਹ ਪੂਰਾ ਕਰ ਜੂ, ਫਿਰ ਡਾਂਗ ਹੀ ਟੁੱਟੂਗੀ, ਫਿਰ ਜਦੋਂ ਉਹਨੇ ਵਧੀਆ ਤੋੜਨ ਲੱਗ ਗਿਆ ਫਿਰ ਫਿਰ ਉਹਨੂੰ ਤੋੜਾਂਗੇ ਜੀ। ਇਸ ਲਈ ਤੁਸੀਂ ਕਹਿੰਦੇ ਵੀ ਇਹ ਡਾਂਗ ਤੋੜ ਜਿਹੜਾ ਫਾਰਮੂਲਾ ਹੈ ਗੋਡਿਆਂ ਦਾ? ਹਾਂਜੀ ਹਾਂਜੀ ਇਹ ਡਾਂਗ ਤੋੜ ਹੈ ਜੀ, ਇਹ ਪੂਰਾ ਕਾਰਗਲ ਆ ਜੀ। ਹਾਂਜੀ 90% ਹੈ ਇਹ। ਹਾਂਜੀ ਅਤੇ ਹੁਣ ਆਹ ਜਿਹੜਾ ਹੁਣ ਆਹ ਦੇਖੋ ਇਹਦੀ ਸਹਾਰਾ ਲੈਂਦੇ ਨੇ ਜੀ ਲੋਕ, ਇਹਦੇ ਸਹਾਰਾ ਲੈਂਦੇ ਆ, ਇਹਦਾ ਲੈਂਦੇ ਆ ਨਾ,
ਜਦੋਂ ਆਪਾਂ ਇਹ ਖਵਾਉਣਾ ਸ਼ੁਰੂ ਕਰਤਾ, ਮੰਨ ਲਓ ਆਹ ਖਵਾਉਣਾ ਸ਼ੁਰੂ ਕਰਤਾ, ਇਹਨਾਂ ਨੂੰ ਇਹ ਐਂ ਟੁੱਟਣੀਆਂ ਨਹੀਂ, ਇਹ ਹਾਂਜੀ ਐਂ ਟੁੱਟਣਗੀਆਂ ਇਹ। ਪਹਿਲਾਂ ਤਾਂ ਤੁਸੀਂ ਇਨਹੇਲਰ ਭੰਨਦੇ ਸੀ? ਇਨਹੇਲਰ ਵੀ ਵੀਰ ਜੀ ਹੁਣ ਤਾਂ ਹਾਲੀ ਵੀਡੀਓ 'ਚ ਇਨਹੇਲਰ ਵੀ ਭੰਨਾਂਗੇ। ਹਾਂਜੀ ਕਰ ਰਹੇ ਹਾਂ, ਹਾਂਜੀ ਇਕੱਠੇ ਕਰ ਰਹੇ ਹਾਂ, ਕਿਉਂਕਿ ਪਰਮਾਤਮਾ ਨੇ ਸਮਾਪਤੀ ਇੰਨੀ ਬਖਸ਼ੀ ਆ, ਆਪਾਂ ਨਾ ਕੋਈ ਵੀਡੀਓ 'ਚ ਅੱਜ ਤੱਕ ਝੂਠ ਬੋਲਿਆ, ਨਾ ਕਿਸੇ ਨੂੰ ਗੁੰਮਰਾਹ ਕੀਤਾ। ਦੇਖੋ ਜਿਹੜਾ ਲਸਣ ਦਾ ਫਾਰਮੂਲਾ, ਮੈਂ ਕਹਿੰਦਾ ਕਨੇਡਾ, ਅਮੈਰੀਕਾ, ਨਿਊਜ਼ੀਲੈਂਡ, ਮੈਂ ਕਹਿੰਦਾ ਫੋਰਨ ਕੰਟਰੀਆਂ ਜਾ ਕੇ ਮਹਾਰਾਸ਼ਟਰ ਦੇ ਵਿੱਚ ਬਣਾਇਆ ਲੋਕਾਂ ਨੇ, ਉਦੋਂ ਬਾਅਦ ਆਪਣੀ ਦਵਾਈ ਮੰਗਵਾਈ ਆ ਅਤੇ ਲੋਕਾਂ ਨੇ ਬਹੁਤ ਜ਼ਿਆਦਾ ਹੀ ਰਿਸਪੋਂਸ ਦਿੱਤਾ ਆਪਾਂ ਨੂੰ। ਤੁਹਾਡੇ ਕੋਲ ਕਿਹੜੇ ਕਿਹੜੇ ਫਾਰਮੂਲੇ ਨੇ ਵੈਦ ਜੀ? ਮਤਲਬ ਚਲੋ ਸਾਹ ਦਮੇ ਦੇ ਤੁਸੀਂ ਸਪੈਸ਼ਲਿਸਟ ਮੰਨਦੇ ਹੋ ਆਪਣੇ ਆਪ ਨੂੰ, ਅੱਜ ਤੁਸੀਂ ਗੋਡਿਆਂ ਦਾ ਕਹਿ ਰਹੇ ਵੀ ਡਾਂਗ ਤੋੜ ਫਾਰਮੂਲਾ ਤੁਸੀਂ ਦੇ ਰਹੇ ਹੋ, ਅੱਜ ਕੱਲ੍ਹ ਪੱਥਰੀ ਵੀ ਬੜੀ ਹੈ ਜੀ, ਪੱਥਰੀ ਵਾਲਾ ਕੋਈ ਨੁਸਖਾ ਫਾਰਮੂਲਾ ਤੁਸੀਂ ਸਾਂਝਾ ਕਰਨਾ ਚਾਹੋਗੇ ਜੇ ਤੁਸੀਂ ਠੀਕ ਸਮਝੋ? ਹਾਂਜੀ ਹਾਂਜੀ, ਪੱਥਰੀ ਵਾਲਾ ਜੀ ਦੇਖੋ ਵੀਰ ਜੀ, ਪੱਥਰੀ ਵੀ ਤੇਜ਼ਾਬ ਕਬਜ਼ ਨਾ, ਆਪਣੇ ਪੇਟ ਵਿੱਚ ਇੱਕ ਤਾਂ ਕਬਜ਼ ਨਾ ਰਹੇ, ਇੱਕ ਤੇਜ਼ਾਬ ਨਾ ਬਣੇ ਜੀ, ਇੱਕ ਉਹਨੂੰ ਬਾਥਰੂਮ ਜਿਹਨੇ ਜਾਣਾ ਵੀ ਹੁਣ ਮੈਂ ਮੈਨੂੰ ਬਾਥਰੂਮ ਆਉਂਦਾ ਪਿਸ਼ਾਬ ਆਉਂਦਾ ਵੀ ਮੈਂ ਜਾਣਾ, ਜਦ ਦੋ ਮਿੰਟ ਰੁਕ ਜਾ ਮੈਂ ਗੱਲਾਂ ਕਰਨਾ, ਉਹ ਆਪਣੇ ਲਈ ਅਣਗਹਿਲੀ ਆ, ਉਹ ਆਪਣੇ ਲਈ ਅਣਗਹਿਲੀ ਆ। ਫਿਰ ਤੁਹਾਨੂੰ ਆਹ ਦੇਖੋ ਆਪਣੀ ਪੱਥਰੀ ਆ, ਕੋਈ ਨੁਸਖਾ ਜੀ, ਕੋਈ ਦਵਾਈ ਹੈ? ਹਾਂਜੀ ਆਪਾਂ ਦਵਾਈ ਬਣਾਉਂਦੇ ਹਾਂ ਜੀ। ਇਹ ਕੀ ਦਵਾਈ ਹੈ ਜੀ? ਨਹੀਂ ਨਹੀਂ ਇਹ ਪੱਥਰੀ ਆ, ਬਾਥਰੂਮ ਰਾਹੀਂ ਕੱਢੀ ਜੀ। ਐਡੀ ਬੜੀ? ਹਾਂਜੀ ਆਹ ਦਿਖਾ ਦਿਓ, ਨਿਕਲ ਆਉਂਦੀ ਜੀ ਐਡੀ ਬੜੀ? ਲਓ ਜੀ ਨਿਕਲੂ, ਇਹਦਾ ਨੋਰਮਲ ਆ ਜੀ, ਅਜੇ ਇਹ ਤੋਂ ਵੱਡੀਆਂ ਵੱਡੀਆਂ ਕੱਢੀਆਂ ਦੇਖ ਲਓ ਜੀ, ਦਿਖਾ ਦਿਓ ਜੀ, ਇਹ ਬਾਥਰੂਮ ਰਾਹੀਂ ਨਿਕਲੀ ਹੈ। ਐਂ ਜਿਵੇਂ ਕੋਈ ਨੱਕ ਦਾ ਕੋਕਾ ਸਾਂਭ ਕੇ ਰੱਖਿਆ ਹੁੰਦਾ। ਦੇਖੋ ਜੀ ਉਹਦੇ ਨਾਲ ਦਰਦ ਬਹੁਤ ਹੁੰਦਾ ਹੁੰਦਾ ਸੀਗਾ। ਅੱਛਾ, ਚਲੋ ਪਰਮਾਤਮਾ ਨੇ ਭਰੀ ਚਾਹੀ, ਉਹ ਮੈਡੀਸਨ ਲੈ ਕੇ ਗਏ, ਚਲੋ ਆਹ ਪੱਥਰੀ ਕੱਢਤੀ ਜੀ। ਮੈਂ ਹੁਣ ਆਪਾਂ ਸਾਰੇ ਸਰੋਤਿਆਂ ਨੂੰ, ਆਪਣੇ ਤੁਹਾਡੇ ਹਕੀਕਤ ਟੀ ਵੀ ਦੇਖਦਿਆਂ ਨੂੰ ਆਪਾਂ ਦਿਖਾ ਦਈਏ ਵੀ ਭਾਈ ਪੱਥਰੀ ਦਾ ਇਲਾਜ ਹੈਗਾ ਇੱਥੇ। ਅੱਛਾ, ਤੁਸੀਂ ਇਹ ਦੇਖੋ ਇਹ ਪੱਥਰੀ ਹੈਗੀ ਹੈ, ਵੈਦ ਜੀ ਦਾ ਕਹਿਣਾ ਹੈ ਕਿ ਕਿੰਨੇ ਟਾਈਮ 'ਚ ਨਿਕਲ ਜਾਂਦੀ ਹੈ ਜੀ? ਇਹ ਤਾਂ ਬੜੀ ਬਹੁਤ ਹੈ ਜੀ। ਨਹੀਂ ਜੀ ਬਾਲ ਕੋਈ ਵੱਡੀ ਗੱਲ ਨਹੀਂ ਹੈਗੀ ਜੀ, ਇਹ ਵੱਧ ਤੋਂ ਵੱਧ ਹੈ ਮਹੀਨਾ ਡੇਢ ਮਹੀਨਾ ਲੱਗਦਾ ਜੀ। ਅੱਛਾ, ਬਸ ਕੀ ਕਰਨਾ ਪੈਂਦਾ? ਇਹ ਮੈਡੀਸਨ ਆ ਜੀ, ਮੈਡੀਸਨ ਖਾਣੀ ਪੈਂਦੀ ਹੈ ਜੀ। ਦੇਸੀ 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 ਜੀ, ਆਪਾਂ ਦੇਸੀ ਜੀ ਹਾਂ, ਦੇਸੀ ਬੰਦੇ ਆ, ਦੇਸੀ ਦਵਾਈ ਆ ਜੀ, ਫਿਰ ਆਪ ਤਿਆਰ ਕਰਕੇ ਦਿੰਦੇ ਹਾਂ ਜੀ। ਇਹ ਗੁਰਦਿਆਂ 'ਚੋਂ ਨਿਕਲੂਗੀ ਜਾਂ ਪਿੱਤੇ 'ਚੋਂ ਵੀ ਨਿਕਲ ਜਾਂਦੀ? ਗੁਰਦਿਆਂ 'ਚੋਂ, ਜਿਹੜੀ ਪਿੱਤੇ 'ਚੋਂ ਨਿਕਲਦੀ ਆ ਉਹਨੂੰ ਸੇ ਵੀ ਨਹੀਂ ਲੱਗਦੇ ਜੀ। ਅੱਛਾ, ਪਿੱਤੇ 'ਚੋਂ ਵੀ ਨਿਕਲ ਜਾਂਦੀ ਹੈ ਜੀ, ਮਤਲਬ ਪਿੱਤੇ ਦਾ ਆਪਰੇਸ਼ਨ ਬਚਾ ਸਕਦੇ? ਹਾਂਜੀ, ਪਿੱਤੇ 'ਚੋਂ ਵੀ ਨਿਕਲਦੀ ਉਹਨੂੰ ਸੇ ਵੀ ਨਹੀਂ ਲੱਗਦਾ ਜੀ, ਕਿਉਂਕਿ ਹੌਲੀ ਹੌਲੀ ਵਰਕ ਹੌਲੀ ਹੌਲੀ ਕੰਮ ਕਰਨਾ ਸ਼ੁਰੂ ਕਰ। ਹੁਣ ਜਦੋਂ ਆਪਾਂ ਪਿੱਤਾ ਕਢਾਤਾ ਜੀ, ਜਦੋਂ ਪਿੱਤਾ ਕਢਾਉਂਦਾ ਪਿੱਤੇ ਤੋਂ ਬਾਅਦ ਵੀ ਇਹਦਾ ਮਤਲਬ ਪਿੱਤਾ ਕਢਾਤਾ ਨਾਲ ਤਾਂ ਆਪਣਾ ਸਰੀਰ ਨੁਕਸ ਪੈ ਗਿਆ, ਉਦੋਂ ਬਾਅਦ ਪਿੱਤੇ ਤੋਂ ਬਾਅਦ ਕਹਿੰਦਾ ਪੱਥਰੀ ਹੁੰਦੀਆਂ ਨੇ, ਪੱਥਰੀਆਂ ਹੁੰਦੀਆਂ ਨੇ। ਜਦੋਂ ਆਪਣਾ ਖਾਣ ਪੀਣ ਹੀ ਇਹੋ ਜਿਹਾ, ਜਦੋਂ ਆਪਾਂ ਪਰੌਂਠੇ ਖਾ ਲਏ, ਆਲੂ ਵਾਲੇ ਪਰੌਂਠੇ ਖਾ ਲਏ, ਆਹ ਸਮੋਸੇ ਖਾ ਲਏ, ਬਰਗਰ ਖਾ ਲਏ, ਨਿਊਡਲ ਖਾ ਲਏ, ਟਿੱਕੀਆਂ ਖਾ ਲਈਆਂ, ਕੀ ਕੀ ਗਿਣੀਆਂ ਜੀ ਬਾਹਰ, ਹੁਣ ਤੁਹਾਨੂੰ ਪਤਾ ਫਾਸਟ ਫੂਡ ਤਾਂ ਵੱਧ ਹੀ ਗਿਆ। ਹਾਂਜੀ, ਹੁਣ ਤਾਂ ਇਹ ਦੱਸੋ ਵੀ ਜਿਹੜਾ ਤੁਹਾਡਾ ਇਹ ਫਾਰਮੂਲਾ ਅਜ਼ਮਾਏਗਾ, ਅਸੀਂ ਦੱਸਾਂਗੇ ਵੀ ਇਹ ਫਾਰਮੂਲੇ ਨੂੰ ਕਿਵੇਂ ਯੂਜ਼ ਕਰਨਾ ਹੈ, ਕਿਵੇਂ ਤੁਸੀਂ ਘਰ ਦੇ ਵਿੱਚ ਬੈਠ ਕੇ ਬਣਾ ਸਕਦੇ ਹੋ। ਜਿਹੜਾ ਇਹ ਫਾਰਮੂਲਾ ਤੁਹਾਡਾ ਯੂਜ਼ ਕਰੇਗਾ ਘਰ ਦੇ ਵਿੱਚ ਬੈਠ ਕੇ, ਜਿਹੜਾ ਇਸ ਵੇਲੇ ਤੁਹਾਨੂੰ ਲੋਕ ਦੇਖ ਰਹੇ ਨੇ, ਜਾਂ ਤੁਸੀਂ ਵੀ ਇੱਥੇ ਰਗੜ ਕੇ ਜਿਹੜਾ ਇਹ ਫਾਰਮੂਲਾ ਨੁਸਖਾ ਹੈਗਾ ਲੋਕਾਂ ਦੀ ਸੇਵਾ ਦੇ ਵਿੱਚ ਲੈ ਕੇ ਆਉਣੇ ਹੋ, ਕਿੰਨੇ ਦਿਨਾਂ ਦੇ ਵਿੱਚ ਗੋਡਿਆਂ ਦਾ ਦਰਦ ਹੈਗਾ? ਤੁਸੀਂ ਤਾਂ ਕਹਿੰਦੇ ਵੀ ਘੰਟੇ ਛੱਡੋ ਵੀ ਰਾਤੋਂ ਰਾਤ ਵੀ ਫਰਕ ਪੈਣਾ ਸ਼ੁਰੂ ਹੋ ਜਾਏਗਾ। ਹਾਂਜੀ, ਰਾਤੋਂ ਰਾਤ ਵੀ ਫਰਕ ਪੈਣਾ ਸ਼ੁਰੂ ਹੋ ਗਿਆ, ਜਿਹਨੂੰ ਨੋਰਮਲ ਆ, ਜਿਹਨੂੰ ਹੁਣ ਕਰੋਨਿਕ ਮਰੀਜ਼ ਆ, ਜਿਹੜਾ ਵਿਗੜਿਆ ਹੁੰਦਾ, ਜਿਹੜਾ ਵਾਲੇ ਸਿਰ ਦਾ ਕੜਕੜ ਕਰਦਾ, ਫਿਰ ਉਹਨੂੰ ਹੌਲੀ ਹੌਲੀ ਗਲੀਚ ਭਰਨਾ ਪੈਂਦਾ ਨਾ। ਹਾਂਜੀ, ਇਹਨੂੰ ਆਹ ਦੇਖੋ ਜੀ, ਆਹ ਦਿਖਾ ਦਿਓ ਮਾੜਾ ਜਿਹਾ, ਆਹ ਦੇਖੋ ਆਪਣਾ ਆਹ ਰਗੜਦੇ ਹਾਂ ਇਹਨੂੰ, ਇਹਨੂੰ ਵੀ ਇਹੀ ਰਗੜਨਾ ਜੀ, ਇਹਨੂੰ ਰਗੜ ਕੇ ਆਹ ਪਾਊਡਰ ਜੀ 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 ਦੇਖੋ ਜੀ, ਇਹਨੂੰ ਰਗੜ ਕੇ ਆਪਣੇ ਆ, ਇਹਦਾ ਇੱਕ ਚਮਚਾ ਸਵੇਰੇ ਇੱਕ ਸ਼ਾਮ ਦੁੱਧ ਨਾ ਲੈਣਾ। ਤੁਸੀਂ ਜਿਉਂ ਜਿਉਂ ਲਵੋਗੇ ਨਾ, ਜਿਉਂ ਜਿਉਂ ਉਹਨੂੰ ਫਰਕ ਪੈਂਦਾ ਹੀ ਜਾਊਗਾ। ਹਾਂ, ਸਰਵਾਈਕਲ ਕੋਈ ਵੱਡੀ ਚੀਜ਼ ਵੀ ਨਹੀਂ ਹੁੰਦੀ, ਸਰਵਾਈਕਲ ਵੀ ਇਹਨੇ ਨਹੀਂ ਹਟਦਾ, ਸ਼ੁਰੂ ਹੋ ਜਾਂਦਾ ਜੀ। ਜਿਹੜੇ ਹੋਰ ਦਰਦ ਨੇ ਸਰੀਰ 'ਚੋਂ ਵੀ ਖਾ ਜੂਗਾ ਇਹ ਫਲ? ਦੇਖੋ ਜੀ ਸਾਰੇ ਖਾਊਗਾ ਜੀ ਇਹ, ਜੇ ਆਪਾਂ ਤੁੱਕੇ ਸਾਰੇ ਖਾਵਾਂਗੇ ਤਾਂ ਦਰਦ ਵੀ ਸਾਰੇ ਖਾ ਜੂ ਇਹ। ਹਾਂਜੀ, ਅਤੇ ਤੁਸੀਂ ਇੱਕ ਨੂੰ ਕਹਿ ਰਹੇ ਸੀ ਕਿ ਬੱਕਰੀਆਂ ਜਿਹੜੇ ਫਿਰਦੇ ਤੁਰਦੇ ਨੇ ਉਹਨਾਂ ਦੇ ਦੁੱਧ ਦੇ ਵਿੱਚ ਇੰਨੀ ਜ਼ਿਆਦਾ ਤਾਕਤ ਹੁੰਦੀ ਹੈ, ਅਤੇ ਉਹਦਾ ਕਾਰਨ ਤੁੱਕੇ ਹੀ ਹੁੰਦੇ ਨੇ? ਦੇਖੋ ਜੀ ਉਹਦਾ ਕਾਰਨ ਤੁੱਕੇ ਵੀ ਆ, ਬਾਹਰ ਦੀਆਂ ਚੀਜ਼ਾਂ, ਫਰੂਕੀ ਸਾਹਿਬ ਉਹ ਛਿੱਲਾਂ ਦੇ ਵੀ ਬਹੁਤ ਕੰਮ ਕਰਦੇ ਆ, ਬਾਹਰ ਦੀਆਂ ਚੀਜ਼ਾਂ ਉਹਨਾਂ ਨੇ, ਨਿੰਮ ਮਿਲ ਗਈ, ਸੁਹਾਂਜਣਾ ਮਿਲ ਗਿਆ, ਅੱਕ ਮਿਲ ਗਿਆ, ਕੋਈ ਚੀਜ਼ ਉਹਨੂੰ ਛੱਡਣੀ ਹੋਈ ਨਹੀਂ। ਹਾਂਜੀ, ਉਹਦਾ ਤਾਂ ਕਾਰਗਰ ਦੁੱਧ ਹੈਗਾ ਇੱਕ ਨੰਬਰ ਦਾ ਦੁੱਧ। ਅੱਛਾ ਵੈ ਜੀ, ਜੇਕਰ ਤੁਹਾਨੂੰ ਮਿਲਣਾ ਹੋਵੇ, ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ, ਮਿਲਣ ਦਾ ਕੀ ਤਰੀਕਾ ਹੈ ਔਰ ਕਿਹੜੇ ਦਿਨ ਕਿਵੇਂ ਤੁਸੀਂ ਮਿਲਦੇ ਹੋ? ਹਾਂਜੀ, ਮੈਂ ਵੈਦ ਸਰਜੀਤ ਸਿੰਘ ਉੱਪਲ ਰਾਏਕੋਟ ਤੋਂ ਬੋਲਦਾ, ਜ਼ਿਲ੍ਹਾ ਲੁਧਿਆਣਾ। ਹਾਂਜੀ, ਇਹ ਆਪਣਾ ਨੂਰਾ ਮਾਹੀ ਬੱਸ ਸਟੈਂਡ ਆ ਜੀ, ਉਹਦੇ ਇੱਕ ਪਾਸੇ ਈਦਗਾਹ ਰੋਡ ਜਾਂਦਾ, ਇੱਕ ਪਾਸੇ ਬਾਜ਼ਾਰ ਨੂੰ ਜਾਂਦਾ ਜੀ।
ਜਿਹੜਾ ਬਾਜ਼ਾਰ ਨੂੰ ਆਉਣਾ ਉੱਥੇ ਮੇਨ ਸਾਰਿਆਂ ਨਾਲੋਂ ਪਹਿਲਾ ਰੂਪ ਸਟੂਡੀਓ ਆ, ਉਹਦੇ ਕੋਲ ਉੱਪਲ ਆਯੁਰਵੈਦਿਕ ਸਟੋਰ ਆਪਣਾ ਹੈਗਾ ਜੀ। ਹਾਂਜੀ, ਕਿੰਨਾ ਟਾਈਮ ਹੋ ਗਿਆ ਜੀ ਵੈਦ ਜੀ ਤੁਹਾਨੂੰ ਕੰਮ ਕਰਦਿਆਂ, ਹੈਲਥ ਵਾਲੇ ਪਾਸੇ ਸੇਵਾ ਕਰਦਿਆਂ? ਇਹ ਜੀ ਮੈਨੂੰ ਹੋ ਗਏ 27 ਮੂਹਰੇ ਮਾਰਚ ਦੇ 14 ਮਾਰਚ ਨੂੰ 28ਵਾਂ ਸਾਲ ਚੱਲ ਪੈਣਾ ਜੀ। ਹਾਂਜੀ। ਅੱਛਾ ਵੈਦ ਜੀ, ਜਿਹੜਾ ਇਨਹੇਲਰ ਵਾਲੀ ਅਸੀਂ ਜੇਕਰ ਗੱਲ ਕਰੀਏ, ਕਿ ਮੈਂ ਸਰਦੀਆਂ ਦੇ ਵਿੱਚ ਇਸ ਵੇਲੇ ਜਿਹੜਾ ਮਾਹੌਲ ਹੈਗਾ, ਸਾਹ ਲੈਣਾ ਔਖਾ ਹੋ ਗਿਆ, ਪਰਾਲੀਆਂ ਵੀ ਸੜਨੀਆਂ ਸ਼ੁਰੂ ਹੋ ਜਾਣੀਆਂ ਨੇ ਥੋੜ੍ਹੇ ਦਿਨਾਂ ਤੱਕ, ਅਤੇ ਉਹ ਇਨਹੇਲਰ ਵਾਲਾ ਨੁਸਖਾ ਫਾਰਮੂਲਾ ਤੁਸੀਂ ਅਗਲੀ ਵੀਡੀਓ ਦੇ ਵਿੱਚ ਕੋਈ ਨਵਾਂ ਤਿਆਰ ਕਰ ਰਹੇ ਹੋ, ਤੁਸੀਂ ਦੱਸ ਰਹੇ ਸੀ? ਹਾਂਜੀ, ਅਗਲੀ ਗੇਰਾ ਨਵਾਂ ਤਿਆਰ ਕਰਕੇ ਦੱਸਾਂਗੇ ਜੀ। ਅੱਛਾ, ਹਾਂਜੀ। ਉਹਨਾਂ ਨੂੰ ਕਿੰਨੇ ਟਾਈਮ 'ਚ ਫਰਕ ਪੈ ਜਾਂਦਾ ਜਿਹੜਾ ਇਨਹੇਲਰ ਜਿਹੜਾ ਤੁਸੀਂ ਭਾਂਦੇ ਹੋ, ਜਿਨ੍ਹਾਂ ਦਾ, ਜਾਂ ਇਨਹੇਲਰ ਵਾਲੇ ਸਾਹ ਵਾਲੇ ਦਮੇ ਵਾਲੇ ਜਿਹੜੇ ਤੁਹਾਡੇ ਨੂੰ ਦੇਖਣ ਆਉਂਦੇ ਨੇ, ਕਿੰਨੇ ਟਾਈਮ 'ਚ ਫਰਕ ਪਾ ਦਿੰਦੇ ਹੋ? ਉਹ ਜੀ ਫਰੁੱਕੀ ਸਾਹਿਬ ਉਹ ਹੁੰਦਾ ਜਿਹੜਾ ਤਾਂ ਹੁਣ 20-25 ਸਾਲ ਦਾ, ਜੇ ਉਹ ਆ ਕੇ ਕਹੇ ਵੀ ਮੈਨੂੰ 15 ਦਿਨਾਂ 'ਚ ਫਰਕ ਪੈ ਗਿਆ, ਦੇਖੋ ਜੀ ਉਹ ਕਰੋਨਿਕ ਮਰੀਜ਼ ਨਾ, ਵਿਗੜਿਆ ਮਰੀਜ਼ ਹੁੰਦਾ, ਉਹਨੂੰ ਘੱਟੋ ਘੱਟ 3 ਮਹੀਨੇ ਲੱਗਦੇ ਜੀ, ਘੱਟੋ ਘੱਟ 3 ਮਹੀਨਿਆਂ 'ਚ ਉਹਨੂੰ ਫਰਕ ਪੈਣਾ ਸ਼ੁਰੂ ਹੋ ਜਾਂਦਾ। ਜਿਹਨੂੰ ਹੈਗਾ 5-6 ਮਹੀਨੇ, 2-3 ਸਾਲ, ਉਹਨਾਂ ਨੂੰ 1.5 ਮਹੀਨੇ 'ਚ ਫਰਕ ਪੈਣਾ ਸ਼ੁਰੂ ਹੋ ਜਾਂਦਾ ਜੀ। ਦੇਖੋ ਇੱਕ ਜਾ ਕੇ ਨਾ ਮੈਡੀਸਨ ਲਿਜਾ ਕੇ ਫਰੁੱਕੀ ਸਾਹਿਬ, ਹੁਣ ਅੰਗਰੇਜ਼ੀ ਦਾ ਅਤੇ ਆਪਣਾ ਆਯੁਰਵੈਦਿਕ ਦਾ ਮੈਂ ਕਹਿੰਦਾ ਲੱਖਾਂ ਕੋਹਾਂ ਦਾ ਫਰਕ ਆ ਜੀ। ਹੁਣ ਲਿਜਾ ਕੇ ਮੈਡੀਸਨ ਵਿੱਚ ਅੱਜ ਲੈ ਗਏ, ਕੱਲ੍ਹ ਨੂੰ ਕਹਿ ਦੇਣਾ ਵੀ ਆਪਾਂ ਨੂੰ ਆਹ ਫਰਕ ਨਹੀਂ ਪਿਆ, ਹੁਣ ਵੀ ਇਹ ਐਲੋਪੈਥੀ ਤਾਂ ਹੈ ਨਹੀਂ, ਨਸ਼ਾ ਤਾਂ ਹੈ ਨਹੀਂ, ਇਹਦੇ ਕੈਮੀਕਲ ਤਾਂ ਹੈ ਨਹੀਂ, ਥੋੜ੍ਹਾ ਟਾਈਮ ਲੱਗੂ, ਸਬਰ ਕਰਨਾ ਪੈਂਦਾ ਜੀ ਇਹ 'ਚ। ਜਦੋਂ ਆਪਾਂ ਸਬਰ ਕਰਾਂਗੇ ਤਾਂ ਸਾਰੇ ਦੁੱਖ ਦੂਰ ਹੋ ਜਾਣਗੇ ਜੀ। ਹਾਂਜੀ, ਮੇਨ ਕਾਰਨ ਕੀ ਮੰਨਦੇ ਤੁਸੀਂ ਜਿਹੜਾ ਇਹਦਾ? ਕਿਹਦਾ ਜੀ? ਸਾਹ ਦਮੇ ਦਾ। ਸਾਹ ਦਾ ਜੀ ਹੁਣ ਤੁਹਾਨੂੰ ਅੱਗੇ ਵੀ ਮੈਂ ਬਹੁਤ ਜ਼ਿਆਦਾ ਦੱਸਿਆ ਸੀ ਫਰੁੱਕੀ ਸਾਹਿਬ ਵੀ ਆਪਣੇ ਖਾਣ ਪੀਣ 'ਤੇ ਵੀ ਪਰਹੇਜ਼ ਰੱਖਣ ਜੀ। ਹੁਣ ਸਾਡੇ ਕੋਲ ਜਿੰਨੇ ਮਰੀਜ਼ ਆਏ ਨੇ ਸਾਰੇ ਨਮੂਨੀਏ ਦੇ ਟਾਈਫਾਇਡ ਦੇ ਆਏ ਨੇ ਜੀ, ਵੀ ਪੁਰਾਣੇ ਤੋਂ ਪੁਰਾਣਾ ਯਾਦ ਨਹੀਂ ਹੈਗਾ, ਜਦੋਂ ਆਪਣੇ ਮਾਤਾ ਪਿਤਾ ਨੂੰ ਪੁੱਛਦੇ ਆ ਵੀ ਹਾਂ, ਉਹ ਕਹਿੰਦੇ ਵੀ ਹਾਂ ਨਮੂਨੀਆ ਹੋਇਆ ਸੀ ਤੈਨੂੰ, ਟਾਈਫਾਇਡ ਹੋਇਆ ਸੀ, ਟਾਈਫਾਇਡ ਵਾਲਿਆਂ ਨੂੰ ਹੁਣ ਗਾਹਾਂ ਗੱਠੀ ਵਾਲਾ ਵੀ, ਤਾਂ ਜੀ ਤਾਂ ਆਪਾਂ ਨੁਸਖਾ ਵੀ ਤਿਆਰ ਕਰਾਂਗੇ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ ਵੈਦ ਜੀ ਸਾਰੀ ਗੱਲਬਾਤ ਦੇ ਲਈ, ਔਰ ਜਿਹੜਾ ਅਸੀਂ ਕਹਿ ਲਈਏ ਕਿ ਡਾਂਗ ਤੋੜ, ਸੋਟੀ ਤੋੜ, ਖੁੰਟੀ ਤੋੜ ਫਾਰਮੂਲਾ ਦੇਣ ਵਾਸਤੇ ਸਾਨੂੰ। ਹਾਂਜੀ, ਗਾਹਾਂ ਨੂੰ ਬਹੁਤ ਬਹੁਤ ਫਰੁੱਕੀ ਸਾਹਿਬ, ਤੁਹਾਡੇ ਸਰੋਤਿਆਂ ਨੂੰ, ਤੁਹਾਡੇ ਹਕੀਕਰੇਟਿਵ ਦੇਖਦਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਫੋਨ ਨੰਬਰ ਦੱਸਣਾ ਦੱਸ ਦਈਏ ਜੀ? ਦੱਸ ਦਿਓ, ਬਿਲਕੁਲ ਦੱਸ। ਹਾਂਜੀ, ਮੇਰਾ ਫੋਨ ਨੰਬਰ ਹੈਗਾ 8146-62-82-6642-20-603 ਜੀ। ਇਹ ਆਪਣੇ ਦੋ ਫੋਨ ਨੰਬਰ ਨੇ ਵੀਰ ਬਣ ਕੇ, ਰਿਕੁਐਸਟ ਆ ਮੇਰੀ 5 ਵਜੇ ਤੋਂ ਬਾਅਦ ਫੋਨ ਲਾਇਆ ਕਰੋ ਜੀ, ਉੱਧਰ ਮੈਂ ਪੇਸ਼ੈਂਟ ਦੇਖਦਾ ਹੁੰਦਾ, ਉੱਧਰ ਫੋਨ 'ਤੇ ਫੋਨ ਆ ਜਾਂਦੇ ਆ, ਨਾ ਉਹਦਾ ਪਤਾ ਲੱਗਦਾ ਨਾ ਉੱਧਰੋਂ ਪਤਾ ਲੱਗਦਾ, ਵਿੱਚ ਵਿਚਾਲੇ ਹੀ ਰਹਿ ਜਾਂਦਾ, ਉਹ ਕਹਿੰਦੇ ਆ ਪੰਜਾਬੀ ਦੇ ਕਹਾਵਤ, ਗਾਜਰਾਂ 'ਚ ਗਧਾ ਛੱਡਿਆ ਜਾਂਦਾ ਜੀ। ਹਾਂਜੀ ਜੀ ਜੀ ਜੀ, ਸੋ ਵੈਦ ਜੀ ਦੀ ਗੁਜ਼ਾਰਿਸ਼ ਹੈ ਕਿ ਅਗਰ ਕਿਸੇ ਨੇ ਕੰਸਲਟ ਕਰਨਾ ਹੈਗਾ ਦਮੇ ਬਾਬਤ, ਪੱਥਰੀ ਬਾਬਤ, ਜਾਂ ਫਿਰ ਗੋਡਿਆਂ ਅਤੇ ਜੋੜਾਂ ਦੇ ਦਰਦਾਂ ਦੇ ਬਾਬਤ, ਤਾਂ ਉਹਨਾਂ ਨੂੰ 5 ਵਜੇ ਤੋਂ ਬਾਅਦ ਫੋਨ ਕਰਿਆ ਕਰੋ, ਕਿਉਂਕਿ ਇੱਥੇ ਇਹ ਬਹੁਤ ਜ਼ਿਆਦਾ ਬਿਜ਼ੀ ਹੁੰਦੇ ਨੇ, ਉਹਨਾਂ ਦਾ ਕਹਿਣਾ ਹੈ ਕਿ ਫੋਨ ਸੁਣਨਾ, ਕਿਸੇ ਦੀ ਗੱਲ ਵਿੱਚ ਰੱਖ ਕੇ ਫੋਨ ਸੁਣਨਾ ਬੜਾ ਔਖਾ ਹੋ ਜਾਂਦਾ। ਸੋ ਫਿਲਹਾਲ ਇਹ ਵੀਡੀਓ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦਿਓ, ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦਿਓ ਆ ਗਿਆ, ਧੰਨਵਾਦ।